ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਜਿਹੜਾ ਤਰਨ ਤਾਰਨ ਮੁਖੀ SSP ਧਰੂਵ ਦਈਆ ਦੇ ਦਿਸ਼ਾ ਨਿਰਦੇਸ਼ਾਂ ਅਤੇ DSP ਭਿੱਖੀਵੰਡ ਸੁਲੱਖਣ ਸਿੰਘ ਮਾਨ ਦੀਆਂ ਹਦਾਇਤਾਂ ਤੇ ਚੱਲਦਿਆਂ ਖਾਲੜਾ ਪੁਲਿਸ ਨੇ 35 ਗ੍ਰਾਮ ਹੈਰਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SHO ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਖਾਲੜਾ ਪੁਲਿਸ ਵੱਲੋਂ ਟੀ ਪੁਆਇੰਟ ਨਾਰਲੀ ਵਿਖੇ ਨਾਕਾ ਲਗਾ ਕੇ ਆਉਂਦੇ ਜਾਂਦੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇੱਕ ਜੈਨ ਕਾਰ ਨੰਬਰ DL9CF9900 ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜੋ ਕਿ ਗੱਡੀ ਰੋਕ ਕੇ ਗੱਡੀ ਦਾ ਡਰਾਈਵਰ ਭੱਜਣ ਵਿੱਚ ਸਫਲ ਹੋ ਗਿਆ ਅਤੇ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਪਰਮਜੀਤ ਸਿੰਘ ਪੰਮਾ ਪੁੱਤਰ ਨਿੰਦਰ ਸਿੰਘ ਵਾਸੀ ਧੁੰਨ ਦੱਸਿਆ ਅਤੇ ਭੱਜਣ ਵਾਲੇ ਵਿਅਕਤੀ ਬਾਰੇ ਜਦੋਂ ਪਰਮਜੀਤ ਸਿੰਘ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਭੱਜਣ ਵਾਲਾ ਵਿਅਕਤੀ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਬਲਵਿੰਦਰ ਸਿੰਘ ਵਾਸੀ ਧੁੰਨ ਹੈ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਗੇਅਰ ਲੀਵਰ ਲਾਗੇ ਇੱਕ ਮੋਮੀ ਲਿਫਾਫਾ ਬਰਾਮਦ ਹੋਇਆ, ਜਿਸ ਨੂੰ ਚੈੱਕ ਕਰਨ 'ਤੇ ਉਸ ਵਿੱਚੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਮੁਜਰਮ 'ਤੇ ਜੁਰਮ 2961 NDPC ਐਕਟ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਦੇ ਵਿੱਚ ASI ਭਗਵੰਤ ਸਿੰਘ ਵੱਲੋਂ ਕੱਲ੍ਹ ਟੀ ਪਿੰਡ ਨਾਲ ਕੇ ਨਾਕਾ ਲਾਇਆ ਗਿਆ ਸੀ, ਜਿਸ ਦੌਰਾਨ ਚੈਕਿੰਗ ਦੌਰਾਨ ਇੱਕ ਜੈਨ ਗੱਡੀ ਆਈ ਜਿਹਨੂੰ ਰੋਕ ਕੇ ਤਲਾਸ਼ੀ ਲਈ ਗਈ। ਉਹ ਗੱਡੀ ਦੇ ਲੀਵਰ ਦੇ ਲਾਗੋਂ 35 ਗ੍ਰਾਮ ਹੀਰੋਇਨ ਜਿਹੜੀ ਮੋਮੀ ਲਵਾਈ ਮਿਲੀ ਆ ਅਤੇ ਇੱਕ ਮੁੰਡਾ ਮੌਕੇ 'ਤੇ ਕਾਬੂ ਕੀਤਾ, ਪਰਮਜੀਤ ਪੰਮਾ ਵਾਸੀ ਧੁੰਨ ਪਿੰਡ ਦਾ ਕੀਤਾ। ਉਹਨੂੰ ਪੁੱਛੇ ਗਏ ਦੂਜਾ ਮੁੰਡਾ ਗੱਡੀ ਰੋਕਦੇ ਸਾਰੇ ਖਿਸਕਣ 'ਚ ਕਾਮਯਾਬ ਹੋ ਗਿਆ, ਉਹਦਾ ਨਾਂ ਰਣਜੀਤ ਸਿੰਘ ਰਾਣਾ, ਉਹ ਮੌਕੇ 'ਤੇ ਖਿਸਕਿਆ। ਇਹਨੂੰ ਮੌਕੇ 'ਤੇ ਕਾਬੂ ਕਰਕੇ 35 ਗ੍ਰਾਮ ਹੀਰੋਇਨ ਲੈ ਕੇ ਅਤੇ 2165 ਦੇ ਤਹਿਤ 2961 NDPC ਦੇ ਤਹਿਤ ਉੱਤੇ ਪਰਚਾ ਦਰਜ ਕੀਤਾ ਗਿਆ। ਕੀ ਸਰ ਇਹਦਾ ਰਿਮਾਂਡ ਵੀ ਲਿਆ ਜਾਵੇਗਾ? ਇਹਦਾ ਰਿਮਾਂਡ ਲਿਖਿਆ, ਰਿਮਾਂਡ ਲੈ ਕੇ ਰਣਜੀਤ ਰਾਣੇ ਦੇ ਅਜੇ ਤਲਾਸ਼ ਜਾਰੀ ਹੈ, ਉਹਨੂੰ ਫਿਰ ਕਰਾਂਗੇ ਸਰਚ ਕਰਾਂਗੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।